ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ 17 ਜੂਨ 2024 ਆਪਾਂ ਗੱਲ ਕਰ ਰਹੇ ਹਾਂ ਪੀਆਰ 126 ਕਿਸਮ ਦੀ ਪਨੀਰੀ ਦੀ ਬਜਾਈ ਬਾਰੇ ਕੋਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਪੀਆਰ 126 ਜਿਹੜੀ ਕਿ ਸ਼ਾਨਦਾਰ ਇੱਕ ਨੰਬਰ ਕਿਸਮ ਝੋਨੇ ਕਿਸਾਨ ਵੀਰਾਂ ਵਾਸਤੇ ਝੋਨੇ ਦੀ ਸਭ ਤੋਂ ਵਧੀਆ ਕਿਸਮ ਜਿਹੜੀ ਹੋ ਨਿਬੜੀ ਆ ਪੀਆਰ 126 ਤੇ ਘੱਟ ਸਮੇਂ 'ਚ ਘੱਟ ਖਰਚ ਘੱਟ ਖੇਚਲ ਘੱਟ ਪਾਣੀ ਦੇ ਨਾਲ ਪੂਰਾ ਟੌਪ ਦਾ ਝਾੜ ਮਿਲਦਾ। ਹੁਣ ਸਵਾਲ ਇਹ ਆ ਕਿ ਇਹਦੀ ਪਨੀਰੀ ਦੀ ਬਜਾਦ ਕਦੋਂ ਕਰੀਏ ਤੇ ਲਵਾਈ ਕਦੋਂ ਕਰੀਏ ਤਾਂ ਕਿ ਸਭ ਤੋਂ ਵਧੀਆ ਝਾੜ ਮਿਲੇ ਕਿਉਂਕਿ ਜਿਹੜੀ ਬਜਾਈ ਪਨੀਰੀ ਦੀ ਬਜਾਈ ਜਾਂ ਲਵਾਈ ਦੇ ਵਿੱਚ ਆਪਣਾ ਅੱਗੇ ਪਿੱਛੇ ਕਰਨ ਦੇ ਵਿੱਚ ਖਰਚਾ ਤਾਂ ਕੋਈ ਆਉਣਾ ਨਹੀਂ। ਪਰ ਜੇ ਆਪਾਂ ਸਹੀ ਟਾਈਮ ਦੇ ਉੱਤੇ ਪਨੀਰੀ ਬੀਜ ਕੇ ਸਹੀ ਸਮੇਂ ਦੇ ਉੱਤੇ ਪਨੀਰੀ ਖੇਤ ਚ ਲਾਤੀ ਤਾਂ ਆਪਾਂ ਸ਼ਾਨਦਾਰ ਝਾੜ ਲਵਾਂਗੇ। ਜੇ ਅੱਗਾ ਪਿੱਛਾ ਹੋ ਗਿਆ ਜੇ ਆਪਾਂ ਟਾਈਮ ਤੋਂ ਪਹਿਲਾਂ ਜਾਂ ਟਾਈਮ ਤੋਂ ਲੇਟ ਲਾਉਣੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਝਾੜ ਦੇ ਵਿੱਚ ਫਰਕ ਪੈ ਸਕਦਾ ਦੇਖੋ ਕਿਸਾਨ ਵੀਰੋ ਪੀਆਰ 126 ਦੀ ਜਿਹੜੀ ਪਨੀਰੀ ਬਜਾਈ ਦੀ ਸਫਾਰਸ਼ ਪੀਏਯੂ ਲੁਧਿਆਣਾ ਵੱਲੋਂ 25 ਮਈ ਤੋਂ 20 ਜੂਨ ਦੇ ਵਿਚਕਾਰ ਵਿਚਾਰ-ਵਿਚਾਰ ਕੀਤੀ ਗਈ ਆ ਉਹਦੇ ਵਿੱਚ ਇਹ ਆ ਕਿ ਜਿੰਨਾ ਕਿਸਾਨ ਵੀਰਾਂ ਨੇ ਝੋਨੇ ਤੋਂ ਬਾਅਦ ਆਲੂ ਮਟਰ ਜਾਂ ਹੋਰ ਸਬਜ਼ੀਆਂ ਦੀ ਕਾਸ਼ਤ ਕਰਨੀ ਆ ਉਹ ਤੁਸੀਂ ਮਈ ਅਖੀਰ ਜਾਂ 5 ਜੂਨ ਤੱਕ ਕਿਸਾਨ ਵੀਰਾਂ ਦੀ ਮਜਬੂਰੀ ਬਣਦੀ ਗਈ ਅਸੀਂ ਜਿਹੜੀ ਪਨੀਰੀ ਵੇਚਣੀ ਆ ਕਿਉਂਕਿ ਜੂਨ ਦੇ ਐਂਡ ਤੱਕ ਸਿਰ ਖੇਤ ਦੇ ਵਿੱਚ ਲੱਗ ਜਾਂਦੀ ਹੈ ਤੇ ਅਕਤੂਬਰ ਦੇ ਸ਼ੁਰੂ ਚ ਜਿਹੜਾ ਖੇਤ ਖਾਲੀ ਕਰ ਦਿੰਦੀ ਪਰ ਝਾੜ ਦੇ ਵਿੱਚ ਉਹਨਾਂ ਨੂੰ ਵੀ ਕੰਪਰੋਮਾਈਜ਼ ਕਰਨਾ ਪੈਂਦਾ ਝਾੜ ਤੇ ਉਹਨਾਂ ਦੇ ਵੀ ਅਸਰ ਪੈਂਦਾ ਹੈ ਇਸ ਚੀਜ਼ ਦਾ ਕਿਉਂਕਿ ਜਦੋਂ ਉਚਤਾਪਮਾਨ ਦੇ ਵਿੱਚ ਫਸਲ ਪੱਕੂ ਨਸਾਰਾ ਲਊ ਫਲਾਵਰਿੰਗ ਹੋ ਤਾਂ ਉਹ ਚੀਜ਼ ਦਾ ਅਸਰ ਪੈਣੇ ਪੈਣਾ ਉਹਦੇ ਵਿੱਚ ਆਪਾਂ ਨੂੰ ਬਿਮਾਰੀਆਂ ਕੀੜੇ ਮਕੌੜੇ ਦੀ ਸਮੱਸਿਆ ਜਾਂ ਉਚਤਾਪਮਾਨ ਦਾ ਪ੍ਰਭਾਵ ਪੈ ਸਕਦਾ ਕੁਆਲਿਟੀ ਦਾ ਵੀ ਫਰਕ ਪੈ ਸਕਦਾ ਕਿਉਂਕਿ ਇਹਦੀ ਪਨੀਰੀ ਆਪਾਂ 25 ਦਿਨ ਚ ਲਾਉਣੀ ਹੁੰਦੀ ਐ ਇਸ ਕਰਕੇ 25 ਦਿਨਾਂ ਦੀ ਪਨੀਰੀ ਤਿਆਰ ਕਰਕੇ ਲਾਉਣੀ ਹੁੰਦੀ ਐ ਇਸ ਕਰਕੇ ਇਹਦੇ ਵਿੱਚ ਆਪਾਂ ਨੂੰ ਫਾਇਦਾ ਇਹ ਐ ਕਿ ਆਪਾਂ ਜੇ 25 ਜੂਨ ਤੱਕ ਵੀ ਪਨੀਰੀ ਬੀਜ ਗਏ ਨਾ ਫੇਰ ਵੀ 20 ਜੁਲਾਈ ਤੱਕ ਆਪ ਬਖੇ ਖੇਤ ਚਲਾ ਦਿੰਨੇ ਆ ਇਹਦਾ ਐ ਨਹੀਂ ਹੁੰਦਾ ਕਿ ਆਪਾਂ 35 ਦਿਨ ਦੀ 40 ਦਿਨ ਦੀ ਪਨੀਰੀ ਜਾਂ ਤਿਆਰ ਨਹੀਂ ਹੁੰਦੀ ਜਾਂ ਆਪਣੇ ਤੋਂ ਜਾਂ ਆਪਾਂ ਵੱਡੀ ਕਰਕੇ ਲਾਉਣੀ ਆ वैसे भी दरमियानियां ਜਾਂ ਘੱਟ ਸਮੇਂ ਵਾਲੀਆਂ ਕਿਸਮਾਂ 'ਚ 30-35 ਦਿਨ ਹੱਦ ਹੁੰਦੀ ਹੈ ਘੱਟ ਸਮੇਂ ਵਾਲੀਆਂ ਕਿਸਮਾਂ 'ਚ 25 ਦਿਨ ਦੀ ਪਣੀਰੀ ਖੇਚ ਲੱਗ ਜਾਣੀ ਚਾਹੀਦੀ ਆ ਜਿਹਦੇ ਨਾਲ ਫਿਰ ਫੋਟ ਵਧੀਆ ਕਰਦੀ ਤੇ ਝਾੜ ਚੰਗਾ ਆਉਂਦਾ ਸੋ ਜੇ ਆਪਾਂ PR126 'ਚ ਤੁਹਾਨੂੰ ਬੈਸਟ ਕਿਸਾਨਾਂ ਦੀ ਫੀਡਬੈਕ ਤੇ ਆਪਣੇ ਤਜਰਬੇ ਦੀ ਗੱਲ ਦੱਸ ਦਿੰਨਾ ਕਿ ਸਭ ਤੋਂ ਵਧੀਆ ਸਮਾਂ ਪਣੀਰੀ ਬੀਜਣ ਦਾ 10 ਜੂਨ ਤੋਂ 25 ਜੂਨ ਹੈ 5 ਦਿਨ ਪਹਿਲਾਂ ਵੀ ਕਰ ਸਕਦੇ 5 ਦਿਨ ਬਾਅਦ 'ਚੋਂ ਵੀ ਕਰ ਸਕਦੇ ਆ ਪਰ ਇਹ ਸਮੇਂ ਦੌਰਾਨ 10 ਜੂਨ ਵਾਲੇ ਨਾਲੋਂ ਵੀ 15 ਜਾਂ 20 ਜੂਨ ਵਾਲੀ ਪਨੀਰੀ ਹੈ ਜਿਹੜੀ ਜਾਂ 22 ਜੂਨ ਵਾਲੀ 25 ਜੂਨ ਵਾਲੀ ਉਹ ਤੁਹਾਨੂੰ ਬੈਸਟ ਝਾੜ ਦੇਊਗੀ ਜਿਵੇਂ ਜਿਵੇਂ ਤੁਸੀਂ ਸੀਜ਼ਨ 'ਚ ਲੇਟ ਜਾਓਗੇ ਓਵੇਂ ਓਵੇਂ ਤੁਹਾਨੂੰ ਝਾੜ ਚੰਗਾ ਮਿਲੇਗਾ ਬਿਸ਼ਰਤੇ ਕਿ ਤੁਸੀਂ 20 ਤੋਂ 25 ਦਿਨ ਦੀ ਪਨੀਰੀ ਤਿਆਰ ਕਰਕੇ ਖੇਤ ਦੇ ਵਿੱਚ ਲਾ ਦੇਣੀ ਹੈ ਜਦੋਂ ਖੇਤ 'ਚ ਪਨੀਰੀ ਲੱਗਣੀ ਆ ਕਦੂ ਕਰਨ ਸਮੇਂ ਪਾਣੀ ਬਹੁਤ ਲਵਾਈ ਸਮੇਂ ਖੇਤ 'ਚ ਘੱਟ ਚਾਹੀਦਾ ਤੀਜੇ ਤੋਂ ਚੌਥੇ ਦਿਨ ਪਾਣੀ ਪਰਣਾ ਪਨੀਰੀ ਨਾਲ ਦੀ ਨਾਲ ਚੱਲੂਗੀ ਤੇ ਬਾਕੀ ਉਹ ਸਮੇਂ ਨੂੰ ਪ੍ਰਮਾਤਮਾ ਦੀ ਕਿਰਪਾ ਰਹੇ ਮੀਂਹ ਵੀ ਜਿਹੜੇ ਹੈਗੇ ਜੁਲਾਈ ਦੇ ਮਹੀਨੇ ਬਹੁਤ ਚੰਗੇ ਪੈਣ ਦੀ ਆਸ ਹੈ ਕਿਉਂਕਿ ਮੌਨਸੂਨ ਚੰਗੇ ਰਹਿਣ ਦੇ ਸਾਰ ਹੈ ਇਸ ਵਾਰ ਮਈ ਦੇ ਵਿੱਚ ਮੀਂਹ ਨਾ ਮਾਤਰ ਪਏ ਨਹੀਂ ਹੈਗੇ ਜੂਨ ਵੀ ਹੁਣ ਤੱਕ ਸੁੱਕਾ ਲੰਘ ਗਿਆ ਤਾਂ ਆਸ ਹੈ ਪ੍ਰਮਾਤਮਾ ਉਰੇ ਅਰਦਾਸ ਇਹੀ ਕਰ ਸਕਦੇ ਹਾਂ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਹੀ ਜਿਹੜੇ ਮੀਂਹ ਚੰਗੇ ਪੈਣਗੇ ਤੇ ਝਾੜ ਚੰਗਾ ਰਹੂਗਾ ਸੋ ਪਨੀਰੀ ਪੀਆਰ 126 ਦੀ ਬੀਜਣ ਦਾ ਅਜੇ ਹੁਣ ਸਹੀ ਸਮਾਂ ਸਹੀ ਸਮਾਂ ਜਿਹੜਾ ਚੱਲ ਰਿਹਾ ਹੁਣ ਜਿਹੜਾ 15 ਜੂਨ 18 ਜੂਨ 20 ਜੂਨ 22 ਜੂਨ 25 ਜੂਨ ਹੁਣ ਤੁਸੀਂ ਪਨੀਰੀ ਪੀਆ 126 ਦੀ બીਜੋ 25 ਦਿਨ ਦੀ ਖੇਚ ਲਾਓ ਬੰਪਰ ਸ਼ਾਨਦਾਰ ਟੌਪ ਦਾ ਝਾੜ ਰੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ